ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਅਪੀਲ ਆ, ਬੇਨਤੀ ਆ ਵੀ ਕੱਲ ਪਤਾ ਲੱਗਾ ਕਿ ਜੀ ਗੁਰੂ ਘਰ ਜਿੰਨੇ ਵੀ ਸਿੰਘ ਆ ਉਹ ਸਾਰੇ ਭੁੱਖ ਹੜਤਾਲ ਤੇ ਆ। ਉਹਨਾਂ ਦਾ ਕਾਰਨ ਇਹ ਕਿ ਸ਼ੁੱਕਰਵਾਰ ਨੂੰ ਭਾਈ ਸਾਹਿਬ ਮਤਲਬ ਕਿ ਮੁਲਾਕਾਤ ਤੇ ਚੱਲੇ ਸੀ, ਉਦੋਂ ਚਾਰ ਪੰਜ ਜਾਣੇ ਇਲੈਕਟ੍ਰੀਸ਼ਨ ਵਾਲੇ ਆਏ, ਬਹੁਤ ਸਮਾਨ ਸੀ ਤੇ ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਕਿ ਤੁਸੀਂ ਕੀ ਕਰਨਾ। ਉਹਨਾਂ ਕਿਹਾ ਕਿ ਬਲਬ ਚੇਂਜ ਕਰਨਾ, ਲਾਈਟ ਚੇਂਜ ਕਰਨੀ ਹੈ। ਤੇ ਭਾਈ ਸਾਹਿਬ ਨੇ ਬੋਲਿਆ ਕਿ ਲਾਈਟ ਤੇ ਇੱਕ ਬੰਦਾ ਵੀ ਚੇਂਜ ਕਰ ਸਕਦਾ। ਉਦੋਂ ਬਾਅਦ ਭਾਈ ਸਾਹਿਬ ਮੁਲਾਕਾਤ ਤੇ ਚਲੇ ਗਏ ਤੇ ਜਦੋਂ ਆਏ ਤੇ ਉਹਨਾਂ ਨੂੰ ਥੋੜਾ ਸ਼ੱਕ ਹੋਇਆ। ਉਹਨਾਂ ਨੇ ਆਣ ਕੇ ਆਪਣਾ ਰੂਮ ਚੈੱਕ ਕੀਤਾ ਤੇ ਉਹਦੇ ਚ ਮਤਲਬ ਰਿਕਾਰਡਿੰਗ ਵਾਲਾ ਕੈਮਰਾ ਮਿਲਿਆ ਤੇ ਬਾਥਰੂਮ ਫਿਰ ਇਹਨਾਂ ਚੈੱਕ ਕੀਤੇ, ਬਾਥਰੂਮ ਚ ਵੀ ਮਤਲਬ ਕੈਮਰਾ ਮਿਲਿਆ। ਇੰਨੀ ਹੱਦ ਤੱਕ ਗਿਰ ਗਿਆ ਕਿ ਇੰਨਾ ਯਕੀਨ ਨਹੀਂ ਆ ਰਿਹਾ ਕਿ ਜਿਹੜੀ ਹਰ ਇੱਕ ਇਨਸਾਨ ਦੀ ਕੋਈ ਪ੍ਰਾਈਵੇਸੀ ਹੁੰਦੀ ਆ, ਬਾਥਰੂਮ ਤੱਕ ਉਹਨਾਂ ਨੇ ਕੈਮਰੇ ਲਗਾਏ ਉੱਥੇ ਤੇ ਉਹ ਜਿਹੜੇ ਹੁਣ ਕੈਮਰੇ ਸੀ ਉਹ ਇਹਨਾਂ ਭਾਈ ਸਾਹਿਬ ਹੁਣਾਂ ਲਾ ਲਿਆ ਤੇ ਉਹ ਉੱਥੇ ਪ੍ਰਸ਼ਾਸਨ ਮੰਗ ਰਿਹਾ ਵਾ ਤੇ ਉਹ ਦੇ ਨਹੀਂ ਰਹੇ ਵੀ ਸਾਨੂੰ ਇਹ ਦੱਸੋ ਵੀ ਕੈਮਰੇ ਲਗਾਉਣ ਦੀ ਆਗਿਆ ਕਿਹਨੇ ਦਿੱਤੀ ਆ, ਚਾਹੇ ਕਿਹਨੇ ਕਿਹਾ ਵਾ ਵੀ ਕੈਮਰੇ ਲਾਓ। ਤੇ ਉੱਥੇ ਬਹੁਤ ਜੇਲ੍ਹ ਚ ਵੀ ਬਹੁਤ ਪ੍ਰਸ਼ਾਸਨ ਲਾਇਆ ਤੇ ਉਹ ਕੱਲ ਦੇ ਭੁੱਖ ਹੜਤਾਲ ਤੇ ਆ ਤੇ ਸਾਰੀ ਸੰਗਤਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਨਹੀਂ ਤੇ ਜੇ ਤੇ ਲਾਸਟ ਵਾਰਨਿੰਗ ਆ, ਜੇ ਨਹੀਂ ਤੇ ਫਿਰ ਅਸੀਂ ਵੀ ਕੁਛ ਸੜਕਾਂ ਜਾਮ ਕਰਾਂਗੇ, ਭੁੱਖ ਹੜਤਾਲ ਤੇ ਬਾਹਾਂਗੇ। ਸਾਨੂੰ ਕੋਈ ਉੱਥੇ ਖਤਰਾ ਵਾ, ਜੇ ਕਮਰਿਆਂ ਚ ਰੂਮ ਬਾਥਰੂਮ ਚ ਰੂਮ ਚ ਲਾ ਸਕਦੇ ਕੈਮਰੇ, ਇਹਨਾਂ ਨੂੰ ਕੁਛ ਵੀ ਕਰ ਸਕਦੇ ਆ। ਪਹਿਲੀ ਗੱਲ ਤੇ ਸਾਨੂੰ ਉਸ ਜੇਲ੍ਹ ਤੋਂ ਹੀ ਹੁਣ ਖਤਰਾ ਵਾ ਕਿ ਉੱਥੇ ਭਾਈ ਸਾਹਿਬ ਉਹਨਾਂ ਨੂੰ ਰੱਖਣਾ ਬਹੁਤ ਸਾਡੇ ਵਾਸਤੇ ਔਖਾ ਆ ਕਿਉਂਕਿ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਅਪੀਲ ਆ, ਬੇਨਤੀ ਆ ਕਿ ਕੱਲ ਪਤਾ ਲੱਗਾ ਕਿ ਜੀ ਗੁਰੂ ਘਰ ਜਿੰਨੇ ਵੀ ਸਿੰਘ ਆ ਉਹ ਸਾਰੇ ਭੁੱਖ ਹੜਤਾਲ ਤੇ ਆ। ਉਹਨਾਂ ਦਾ ਕਾਰਨ ਇਹ ਕਿ ਸ਼ੁੱਕਰਵਾਰ ਨੂੰ ਭਾਈ ਸਾਹਿਬ ਮਤਲਬ ਕਿ ਮੁਲਾਕਾਤ ਤੇ ਚੱਲੇ ਸੀ, ਉਦੋਂ ਚਾਰ ਪੰਜ ਜਾਣੇ ਇਲੈਕਟ੍ਰੀਸ਼ਨ ਵਾਲੇ ਆਏ, ਬਹੁਤ ਸਮਾਨ ਸੀ ਤੇ ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੀ ਕਰਨਾ। ਉਹਨਾਂ ਕਿਹਾ ਕਿ ਬਲਬ ਚੇਂਜ ਕਰਨਾ, ਲਾਈਟ ਚੇਂਜ ਕਰਨੀ ਹੈ। ਤੇ ਭਾਈ ਸਾਹਿਬ ਨੇ ਬੋਲਿਆ ਕਿ ਲਾਈਟ ਤੇ ਇੱਕ ਬੰਦਾ ਵੀ ਚੇਂਜ ਕਰ ਸਕਦਾ। ਉਦੋਂ ਬਾਅਦ ਭਾਈ ਸਾਹਿਬ ਮੁਲਾਕਾਤ ਤੇ ਚਲੇ ਗਏ ਤੇ ਜਦੋਂ ਆਏ ਤੇ ਉਹਨਾਂ ਨੂੰ ਥੋੜਾ ਸ਼ੱਕ ਹੋਇਆ ਤੇ ਉਹਨਾਂ ਨੇ ਆਣ ਕੇ ਆਪਣਾ ਰੂਮ ਚੈੱਕ ਕੀਤਾ ਤੇ ਉਹਦੇ ਚ ਮਤਲਬ ਰਿਕਾਰਡਿੰਗ ਵਾਲਾ ਕੈਮਰਾ ਮਿਲਿਆ ਤੇ ਬਾਥਰੂਮ ਫਿਰ ਇਹਨਾਂ ਚੈੱਕ ਕੀਤੇ, ਬਾਥਰੂਮ ਚ ਵੀ ਮਤਲਬ ਕੈਮਰਾ ਮਿਲਿਆ। ਇੰਨੀ ਹੱਦ ਤੱਕ ਗਿਰ ਗਿਆ ਕਿ ਇੰਨਾ ਯਕੀਨ ਨਹੀਂ ਆ ਰਿਹਾ ਕਿ ਜਿਹੜੀ ਹਰ ਇੱਕ ਇਨਸਾਨ ਦੀ ਕੋਈ ਪ੍ਰਾਈਵੇਸੀ ਹੁੰਦੀ ਆ, ਬਾਥਰੂਮ ਤੱਕ ਉਹਨਾਂ ਨੇ ਕੈਮਰੇ ਲਗਾਏ ਉੱਥੇ ਤੇ ਉਹ ਜਿਹੜੇ ਹੁਣ ਕੈਮਰੇ ਸੀ ਉਹ ਇਹਨਾਂ ਭਾਈ ਸਾਹਿਬ ਹੁਣਾਂ ਲਾ ਲਿਆ ਤੇ ਉਹ ਉੱਥੇ ਪ੍ਰਸ਼ਾਸਨ ਮੰਗ ਰਿਹਾ ਵਾ ਤੇ ਉਹ ਦੇ ਨਹੀਂ ਰਹੇ ਵੀ ਸਾਨੂੰ ਇਹ ਦੱਸੋ ਵੀ ਕੈਮਰੇ ਲਗਾਉਣ ਦੀ ਆਗਿਆ ਕਿਹਨੇ ਦਿੱਤੀ ਆ, ਚਾਹੇ ਕਿਹਨੇ ਕਿਹਾ ਵਾ ਵੀ ਕੈਮਰੇ ਲਾਓ। ਤੇ ਉੱਥੇ ਬਹੁਤ ਜੇਲ੍ਹ ਚ ਵੀ ਬਹੁਤ ਪ੍ਰਸ਼ਾਸਨ ਲਾਇਆ ਤੇ ਉਹ ਕੱਲ ਦੇ ਭੁੱਖ ਹੜਤਾਲ ਤੇ ਆ ਤੇ ਸਾਰੀ ਸੰਗਤਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਨਹੀਂ ਤੇ ਜੇ ਤੇ ਲਾਸਟ ਵਾਰਨਿੰਗ ਆ, ਜੇ ਨਹੀਂ ਤੇ ਫਿਰ ਅਸੀਂ ਵੀ ਕੁਛ ਸੜਕਾਂ ਜਾਮ ਕਰਾਂਗੇ, ਭੁੱਖ ਹੜਤਾਲ ਤੇ ਬਾਹਾਂਗੇ। ਸਾਨੂੰ ਕੋਈ ਉੱਥੇ ਖਤਰਾ ਵਾ, ਜੇ ਕਮਰਿਆਂ ਚ ਰੂਮ ਬਾਥਰੂਮ ਚ ਰੂਮ ਚ ਲਾ ਸਕਦੇ ਕੈਮਰੇ, ਇਹਨਾਂ ਨੂੰ ਕੁਛ ਵੀ ਕਰ ਸਕਦੇ ਆ। ਪਹਿਲੀ ਗੱਲ ਤੇ ਸਾਨੂੰ ਉਸ ਜੇਲ੍ਹ ਤੋਂ ਹੀ ਹੁਣ ਖਤਰਾ ਵਾ ਕਿ ਉੱਥੇ ਭਾਈ ਸਾਹਿਬ ਉਹਨਾਂ ਨੂੰ ਰੱਖਣਾ ਬਹੁਤ ਸਾਡੇ ਵਾਸਤੇ ਔਖਾ ਆ ਕਿਉਂਕਿ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਅਪੀਲ ਆ, ਬੇਨਤੀ ਆ ਕਿ ਕੱਲ ਪਤਾ ਲੱਗਾ ਕਿ ਜੀ ਗੁਰੂ ਘਰ ਜਿੰਨੇ ਵੀ ਸਿੰਘ ਆ ਉਹ ਸਾਰੇ ਭੁੱਖ ਹੜਤਾਲ ਤੇ ਆ। ਉਹਨਾਂ ਦਾ ਕਾਰਨ ਇਹ ਕਿ ਸ਼ੁੱਕਰਵਾਰ ਨੂੰ ਭਾਈ ਸਾਹਿਬ ਮਤਲਬ ਕਿ ਮੁਲਾਕਾਤ ਤੇ ਚੱਲੇ ਸੀ, ਉਦੋਂ ਚਾਰ ਪੰਜ ਜਾਣੇ ਇਲੈਕਟ੍ਰੀਸ਼ਨ ਵਾਲੇ ਆਏ, ਬਹੁਤ ਸਮਾਨ ਸੀ ਤੇ ਭਾਈ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੀ ਕਰਨਾ। ਉਹਨਾਂ ਕਿਹਾ ਕਿ ਬਲਬ ਚੇਂਜ ਕਰਨਾ, ਲਾਈਟ ਚੇਂਜ ਕਰਨੀ ਹੈ। ਤੇ ਭਾਈ ਸਾਹਿਬ ਨੇ ਬੋਲਿਆ ਕਿ ਲਾਈਟ ਤੇ ਇੱਕ ਬੰਦਾ ਵੀ ਚੇਂਜ ਕਰ ਸਕਦਾ। ਉਦੋਂ ਬਾਅਦ ਭਾਈ ਸਾਹਿਬ ਮੁਲਾਕਾਤ ਤੇ ਚਲੇ ਗਏ ਤੇ ਜਦੋਂ ਆਏ ਤੇ ਉਹਨਾਂ ਨੂੰ ਥੋੜਾ ਸ਼ੱਕ ਹੋਇਆ ਤੇ ਉਹਨਾਂ ਨੇ ਆਣ ਕੇ ਆਪਣਾ ਰੂਮ ਚੈੱਕ ਕੀਤਾ ਤੇ ਉਹਦੇ ਚ ਮਤਲਬ ਰਿਕਾਰਡਿੰਗ ਵਾਲਾ ਕੈਮਰਾ ਮਿਲਿਆ ਤੇ ਬਾਥਰੂਮ ਫਿਰ ਇਹਨਾਂ ਚੈੱਕ ਕੀਤੇ, ਬਾਥਰੂਮ ਚ ਵੀ ਮਤਲਬ ਕੈਮਰਾ ਮਿਲਿਆ। ਇੰਨੀ ਹੱਦ ਤੱਕ ਗਿਰ ਗਿਆ ਕਿ ਇੰਨਾ ਯਕੀਨ ਨਹੀਂ ਆ ਰਿਹਾ ਕਿ ਜਿਹੜੀ ਹਰ ਇੱਕ ਇਨਸਾਨ ਦੀ ਕੋਈ ਪ੍ਰਾਈਵੇਸੀ ਹੁੰਦੀ ਆ, ਬਾਥਰੂਮ ਤੱਕ ਉਹਨਾਂ ਨੇ ਕੈਮਰੇ ਲਗਾਏ ਉੱਥੇ ਤੇ ਉਹ ਜਿਹੜੇ ਹੁਣ ਕੈਮਰੇ ਸੀ ਉਹ ਇਹਨਾਂ ਭਾਈ ਸਾਹਿਬ ਹੁਣਾਂ ਲਾ ਲਿਆ ਤੇ ਉਹ ਉੱਥੇ ਪ੍ਰਸ਼ਾਸਨ ਮੰਗ ਰਿਹਾ ਵਾ ਤੇ ਉਹ ਦੇ ਨਹੀਂ ਰਹੇ ਵੀ ਸਾਨੂੰ ਇਹ ਦੱਸੋ ਵੀ ਕੈਮਰੇ ਲਗਾਉਣ ਦੀ ਆਗਿਆ ਕਿਹਨੇ ਦਿੱਤੀ ਆ, ਚਾਹੇ ਕਿਹਨੇ ਕਿਹਾ ਵਾ ਵੀ ਕੈਮਰੇ ਲਾਓ। ਤੇ ਉੱਥੇ ਬਹੁਤ ਜੇਲ੍ਹ ਚ ਵੀ ਬਹੁਤ ਪ੍ਰਸ਼ਾਸਨ ਲਾਇਆ ਤੇ ਉਹ ਕੱਲ ਦੇ ਭੁੱਖ ਹੜਤਾਲ ਤੇ ਆ
ਤੇ ਸਾਰੀ ਸੰਗਤਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਸ਼ੇਅਰ ਕਰੋ, ਨਹੀਂ ਤੇ ਜੇ ਤੇ ਲਾਸਟ ਵਾਰਨਿੰਗ ਆ, ਜੇ ਨਹੀਂ ਤੇ ਫਿਰ ਅਸੀਂ ਵੀ ਕੋਈ ਸੜਕਾਂ ਜਾਮ ਕਰਾਂਗੇ, ਭੁੱਖ ਹੜਤਾਲ ਤੇ ਬਾਹਾਂਗੇ। ਸਾਨੂੰ ਕੋਈ ਉੱਥੇ ਖਤਰਾ ਵਾ, ਜੇ ਕਮਰਿਆਂ ਚ ਰੂਮ ਬਾਥਰੂਮਾਂ ਚ ਰੂਮ ਚ ਲਾ ਸਕਦੇ ਕੈਮਰੇ, ਇਹਨਾਂ ਨੂੰ ਕੁਛ ਵੀ ਕਰ ਸਕਦੇ ਆ। ਪਹਿਲੀ ਗੱਲ ਤੇ ਸਾਨੂੰ ਉਸ ਜੇਲ੍ਹ ਤੋਂ ਹੀ ਹੁਣ ਖਤਰਾ ਵਾ ਕਿ ਉੱਥੇ ਭਾਈ ਸਾਹਿਬ ਉਹਨਾਂ ਨੂੰ ਰੱਖਣਾ ਬਹੁਤ ਸਾਡੇ ਵਾਸਤੇ ਔਖਾ ਆ, ਕਿਉਂਕਿ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ।